ਇਹ ਤਸਵੀਰ ਮੋਗਾ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੀ ਹੈ। ਬਿਜਲੀ ਕੱਟਣ ਤੋਂ ਬਾਅਦ ਹਸਪਤਾਲ ਦਾ ਐਮਰਜੈਂਸੀ ਵਿਭਾਗ ਪੂਰੀ ਤਰ੍ਹਾਂ ਹਨੇਰੇ 'ਚ ਡੁੱਬ ਗਿਆ ਤੇ ਇਹ ਸਿਰਫ ਕੁਝ ਦੇਰ ਲਈ ਨਹੀਂ ਹੋਇਆ ਬਲਕਿ ਕਾਫੀ ਦੇਰ ਇਹੀ ਹਾਲ ਰਿਹਾ। ਇਸ ਦੌਰਾਨ ਹਸਪਤਾਲ ਦਾ ਮੈਡੀਕਲ ਸਟਾਫ ਹਨੇਰੇ 'ਚ ਮੋਬਾਈਲ ਦੀ ਟੌਰਚ ਆਨ ਕਰਕੇ ਮਰੀਜ਼ਾਂ ਦਾ ਇਲਾਜ ਕਰਦਾ ਦਿਖਾਈ ਦਿੱਤਾ, ਜਦਕਿ ਹਨੇਰੇ ਕਾਰਨ ਮਰੀਜ਼ ਪਰੇਸ਼ਾਨ ਨਜ਼ਰ ਆਏ। ਪਾਸ ਕਰਦੇ ਕੇ ਚੱਕਰ 'ਚ ਮੈਂ ਲੇਟਾ ਹੋ ਔਰ ਲਾਈਟ ਨਹੀਂ ਆ ਰਹੀ, ਇੱਕ ਘੰਟਾ ਹੋ ਗਿਆ ਲਗਭਗ। ਹਾਂ, ਮੇਰੇ ਕੋਲ ਪਰੇਸ਼ਾਨੀ ਆ ਰਹੀ ਹੈ। ਹਸਪਤਾਲ ਦਾ ਦੂਜਾ ਸਟਾਫ ਵੀ ਹਨੇਰੇ 'ਚ ਆਪਣਾ ਕੰਮ ਕਰਦਾ ਦਿਖਿਆ। ਹਨੇਰੇ 'ਚ ਉਹ ਕਿੰਨਾ ਕੰਮ ਕਰ ਪਾ ਰਹੇ ਸਨ ਇਹ ਕਹਿਣਾ ਮੁਸ਼ਕਿਲ ਹੈ। ਉਹਨਾਂ ਨੇ ਵੀ ਆਪਣੀ ਪਰੇਸ਼ਾਨੀ ਨੂੰ ਬਿਆਨ ਕੀਤਾ। ਦਿੱਕਤਾਂ ਆਉਂਦੀਆਂ ਹੈ ਨਾ, ਦੇਖੋ ਕਿਤੇ ਪੇਸ਼ੈਂਟ ਨੇ ਲਾਈਟ ਦੇ ਵਿੱਚ ਪੈਣਾ ਹੈ ਨਾ, ਅਤੇ ਕਿਤੇ ਹੁਣ ਹਨੇਰੇ ਦੇ ਵਿੱਚ ਪਏ ਆ, ਦਿੱਕਤ ਆਉਂਦੀ ਹੈ ਜੀ। ਜੀ ਅਸੀਂ ਤਾਂ ਜਦੋਂ ਦੇ ਆਏ ਹੋਏ ਹਾਂ ਵੈਸੇ ਉਦੋਂ ਦੀ ਲਾਈਟ ਗਈ ਹੋਈ ਆ, ਸਾਨੂੰ ਹੋ ਗਏ 20-25 ਮਿੰਟ। ਲਾਈਟ ਦਾ ਵੈਸੇ ਪ੍ਰਬੰਧ ਹੋਣਾ ਚਾਹੀਦਾ ਵੀ, ਵੈਸੇ ਕੋਈ ਚਲੋ ਹੁਣ ਤਾਂ ਛੋਟੇ ਕੇਸ ਆਏ ਆ, ਜੇ ਮੰਨ ਕੇ ਚਲੋ ਵੱਡਾ ਕੇਸ ਆਉਂਦਾ ਤਾਂ ਫਿਰ ਇਹਦੇ ਵਿੱਚ ਦਿੱਕਤ ਆਉਂਦੀ ਹੈ ਨਾ ਇਹ ਚੀਜ਼ ਦੀ। ਦੇਖੋ ਸਟਾਫ ਨੂੰ ਵੀ ਦਿੱਕਤ ਆਉਂਦੀ ਆ ਸਟਿਚਿੰਗ ਵਗੈਰਾ ਲਾਉਣ ਵਾਸਤੇ, ਕਿਤੇ ਆਪਾਂ ਟੌਰਚ ਨਾਲ ਸਟਿਚਿੰਗ ਲਾਉਣੇ, ਕਿਤੇ ਲਾਈਟ ਦੇ ਨਾਲ ਸਟਿਚਿੰਗ ਲਾਉਣੇ, ਫਰਕ ਪੈਂਦਾ ਨਾ ਇਸ ਚੀਜ਼ ਦਾ ਹੀ। ਸਵਾਲ ਉੱਠਦਾ ਹੈ ਕਿ ਜੇਕਰ ਬਿਜਲੀ ਕੱਟ ਗਈ ਸੀ ਤਾਂ ਕੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਜਨਰੇਟਰ ਦੀ ਵਿਵਸਥਾ ਨਹੀਂ ਸੀ? ਜੇਕਰ ਜਨਰੇਟਰ ਸੀ ਤਾਂ ਕੀ ਉਸ 'ਚ ਡੀਜ਼ਲ ਨਹੀਂ ਸੀ? ਜੇਕਰ ਸੀ ਤਾਂ ਬਿਜਲੀ ਕੱਟਣ 'ਤੇ ਜਨਰੇਟਰ ਕਿਉਂ ਨਹੀਂ ਚਲਾਇਆ ਗਿਆ? ਇਸ ਲਾਪਰਵਾਹੀ ਲਈ ਜ਼ਿੰਮੇਵਾਰ ਕੌਣ ਹੈ? ਕੀ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਨਹੀਂ ਹੋਣੀ ਚਾਹੀਦੀ? ਜੇਕਰ ਐਮਰਜੈਂਸੀ 'ਚ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਉਸ ਲਈ ਕੌਣ ਜ਼ਿੰਮੇਵਾਰ ਸੀ? ਬਠਿੰਡਾ ਤੋਂ ਸੂਰਜਪਾਨ, News 18 Punjab। ਇਹ ਤਸਵੀਰ ਮੋਗਾ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੀ ਹੈ। ਬਿਜਲੀ ਕੱਟਣ ਤੋਂ ਬਾਅਦ ਹਸਪਤਾਲ ਦਾ ਐਮਰਜੈਂਸੀ ਵਿਭਾਗ ਪੂਰੀ ਤਰ੍ਹਾਂ ਹਨੇਰੇ 'ਚ ਡੁੱਬ ਗਿਆ ਤੇ ਇਹ ਸਿਰਫ ਕੁਝ ਦੇਰ ਲਈ ਨਹੀਂ ਹੋਇਆ ਬਲਕਿ ਕਾਫੀ ਦੇਰ ਇਹੀ ਹਾਲ ਰਿਹਾ। ਇਸ ਦੌਰਾਨ ਹਸਪਤਾਲ ਦਾ ਮੈਡੀਕਲ ਸਟਾਫ ਹਨੇਰੇ 'ਚ ਮੋਬਾਈਲ ਦੀ ਟੌਰਚ ਆਨ ਕਰਕੇ ਮਰੀਜ਼ਾਂ ਦਾ ਇਲਾਜ ਕਰਦਾ ਦਿਖਾਈ ਦਿੱਤਾ, ਜਦਕਿ ਹਨੇਰੇ ਕਾਰਨ ਮਰੀਜ਼ ਪਰੇਸ਼ਾਨ ਨਜ਼ਰ ਆਏ। ਪਾਸ ਕਰਦੇ ਕੇ ਚੱਕਰ 'ਚ ਮੈਂ ਲੇਟਾ ਹੋ ਔਰ ਲਾਈਟ ਨਹੀਂ ਆ ਰਹੀ, ਇੱਕ ਘੰਟਾ ਹੋ ਗਿਆ ਲਗਭਗ। ਹਾਂ, ਮੇਰੇ ਕੋਲ ਪਰੇਸ਼ਾਨੀ ਆ ਰਹੀ ਹੈ। ਹਸਪਤਾਲ ਦਾ ਦੂਜਾ ਸਟਾਫ ਵੀ ਹਨੇਰੇ 'ਚ ਆਪਣਾ ਕੰਮ ਕਰਦਾ ਦਿਖਿਆ। ਹਨੇਰੇ 'ਚ ਉਹ ਕਿੰਨਾ ਕੰਮ ਕਰ ਪਾ ਰਹੇ ਸਨ ਇਹ ਕਹਿਣਾ ਮੁਸ਼ਕਿਲ ਹੈ। ਉਹਨਾਂ ਨੇ ਵੀ ਆਪਣੀ ਪਰੇਸ਼ਾਨੀ ਨੂੰ ਬਿਆਨ ਕੀਤਾ। ਸਰ ਦਿੱਕਤਾਂ ਆਉਂਦੀਆਂ ਹੈ ਨਾ, ਦੇਖੋ ਕਿਤੇ ਪੇਸ਼ੈਂਟ ਨੇ ਲਾਈਟ ਦੇ ਵਿੱਚ ਪੈਣਾ ਹੈ ਨਾ, ਅਤੇ ਕਿਤੇ ਹੁਣ ਹਨੇਰੇ ਦੇ ਵਿੱਚ ਪਏ ਆ, ਦਿੱਕਤ ਆਉਂਦੀ ਹੈ ਜੀ। ਜੀ ਅਸੀਂ ਤਾਂ ਜਦੋਂ ਦੇ ਆਏ ਹੋਏ ਹਾਂ ਵੈਸੇ ਉਦੋਂ ਦੀ ਲਾਈਟ ਗਈ ਹੋਈ ਆ, ਸਾਨੂੰ ਹੋ ਗਏ 20-25 ਮਿੰਟ। ਲਾਈਟ ਦਾ ਵੈਸੇ ਪ੍ਰਬੰਧ ਹੋਣਾ ਚਾਹੀਦਾ ਵੀ, ਵੈਸੇ ਕੋਈ ਚਲੋ ਹੁਣ ਤਾਂ ਛੋਟੇ ਕੇਸ ਆਏ ਆ, ਜੇ ਮੰਨ ਕੇ ਚਲੋ ਵੱਡਾ ਕੇਸ ਆਉਂਦਾ ਤਾਂ ਫਿਰ ਇਹਦੇ ਵਿੱਚ ਦਿੱਕਤ ਆਉਂਦੀ ਹੈ ਨਾ ਇਹ ਚੀਜ਼ ਦੀ। ਦੇਖੋ ਸਟਾਫ ਨੂੰ ਵੀ ਦਿੱਕਤ ਆਉਂਦੀ ਆ ਸਟਿਚਿੰਗ ਵਗੈਰਾ ਲਾਉਣ ਵਾਸਤੇ, ਕਿਤੇ ਆਪਾਂ ਟੌਰਚ ਨਾਲ ਸਟਿਚਿੰਗ ਲਾਉਣੇ, ਕਿਤੇ ਲਾਈਟ ਦੇ ਨਾਲ ਸਟਿਚਿੰਗ ਲਾਉਣੇ, ਫਰਕ ਪੈਂਦਾ ਨਾ ਇਹ ਚੀਜ਼ ਦਾ ਹੀ। ਸਵਾਲ ਉੱਠਦਾ ਹੈ ਕਿ ਜੇਕਰ ਬਿਜਲੀ ਕੱਟ ਗਈ ਸੀ ਤਾਂ ਕੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਜਨਰੇਟਰ ਦੀ ਵਿਵਸਥਾ ਨਹੀਂ ਸੀ? ਜੇਕਰ ਜਨਰੇਟਰ ਸੀ ਤਾਂ ਕੀ ਉਸ 'ਚ ਡੀਜ਼ਲ ਨਹੀਂ ਸੀ? ਜੇਕਰ ਸੀ ਤਾਂ ਬਿਜਲੀ ਕੱਟਣ 'ਤੇ ਜਨਰੇਟਰ ਕਿਉਂ ਨਹੀਂ ਚਲਾਇਆ ਗਿਆ? ਇਸ ਲਾਪਰਵਾਹੀ ਲਈ ਜ਼ਿੰਮੇਵਾਰ ਕੌਣ ਹੈ? ਕੀ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਨਹੀਂ ਹੋਣੀ ਚਾਹੀਦੀ? ਜੇਕਰ ਐਮਰਜੈਂਸੀ 'ਚ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਉਸ ਲਈ ਕੌਣ ਜ਼ਿੰਮੇਵਾਰ ਸੀ? ਬਠਿੰਡਾ ਤੋਂ ਸੂਰਜਪਾਨ, News 18 Punjab।